বার মোহাম্মদ ও আলে মোহাম্মদ বলান তার সালাওয়াত। সাল্লি আলা মোহাম্মদ। মেরা মালিক জুমলা মোমিনিন মোমিনাত দে শরঈ ওর দিলি হাজাত পুরে ফরমা। চুকে কুরআনে পাক দা সমঝনা জরুরি হে, পুরি দুনিয়া চ জিথে জিথে ইন্টারনেট দি সহুলত হে। পহলে ভি মে কই বারি আজ কর চুকা তো এক লফজ দে বাদ, ইস ওয়াস্তে কি কুছ লোক আজ দিন কে শিয়া চ হাফেজ কই নি, আসা তে মনে উনহনে জিনা নেজে তে কুরআন পড়িয়া। ਅਸਾਂ ਮੰਨਿਆ ਹੀ ਉਹਨਾਂ ਨੇ ਜਿਹਨਾਂ ਇੱਕ ਰਕਾਬ ਵਿੱਚ ਕਦਮ ਰੱਖਿਆ ਹੈ, ਦੂਜਾ ਆਉਂਦੇ ਤਾਈਂ ਵੰਨਾਸ ਦੀ ਸੀਨ ਮੁਕੰਮਲ ਹੋ ਗਈ ਹੈ। ਮਲੂਮ ਹੋਇਆ ਕਿ ਉਹ ਖਾਲੀ ਜ਼ਬਾਨ ਨਹੀਂ, ਇੱਕ ਇੱਕ ਲੂਣ ਦੇ ਵਿੱਚੋਂ ਕੁਰਾਨ ਪਾਕ ਦੀ ਸਦਾ ਆਉਂਦੀ ਰਹੀ। ਠੀਕ ਹੈ, ਤੋ ਪਰੇਸ਼ਾਨ ਤਾਂ ਨਹੀਂ ਹੋ ਰਹੇ। ਆਖਰੀ ਲਫ਼ਜ਼ ਗੱਲ ਨਾ ਚੁੱਕੇ, ਇਸ ਵਾਸਤੇ ਕੁਛ ਆਦਿਨ ਨੇ ਕਿ ਨਹੀਂ, ਮੈਂ ਕਸ਼ਮੀਰ ਡਿਸਟ੍ਰਿਕਟ ਪਲੰਦਰੀ 6 ਜਾਂ 7 ਮੁਹਰਮ ਇੱਕ ਹੋਰ ਜਗ੍ਹਾ ਉੱਥੇ ਮਜਲਿਸ 'ਤੇ ਜਾ ਰਿਹਾ ਅਤੇ ਇੱਕ ਸਨ ਸਾਹਿਬ ਰਾਏ 'ਚ ਰਸਤਾ, ਚੂੰਕਿ ਪਹਾੜੀ ਆਈ, ਮੈਂ ਨਵਾਂ ਬੰਦਾ ਥੱਕ ਗਿਆ। ਉਸ ਮੇਰੇ ਕੋਲ ਪੁੱਛਿਆ ਵੀ ਤੁਸੀਂ ਹਾਫਿਜ਼ ਸਾਹਿਬ ਹੋ ਅੱਖੀਂ ਦੇ ਜਾਂ ਵੈਸੇ ਕੁਰਆਨ ਪਾਕ? ਮੈਂ ਕਿਹਾ ਜੀ ਮੈਂ ਅੱਲਾਹ ਦਾ ਕੁਰਆਨ ਤਾਂ ਪੜ੍ਹਿਆ, ਜਿਹੜਾ ਅਲਫ ਲਾ ਮੀਮ ਤੋਂ ਲੈ ਕੇ ਵੰਨਾਸ ਤਾਈਂ ਹੈ, ਮੈਂ ਉਹ ਕੁਰਾਨ ਪਾਕ ਪੜ੍ਹੇ ਹੈ ਜਿਹੜਾ ਨਬੀ ਦੇ ਕਲਬੇ ਅਤਰ 'ਤੇ ਉਤਰਦਾ ਰਿਹਾ ਹੈ, ਜਿਸ ਦੇ ਮੋਢਿਆਂ 'ਤੇ ਸਵਾਰੀ ਹੁਸੈਨ ਕੀਤੀ ਹੈ। ਤੋ ਬਾਕੀ ਉਸ ਕੁਛ ਅਲਕਾਬ ਦੱਸੇ, ਮੈਂ ਕਿਹਾ ਜੀ ਨਾ ਨਾ ਮੈਂ ਘੋੜਾ, ਨਾ ਜ਼ਲਜ਼ਲਾ, ਨਾ ਕੁਹਾੜਾ, ਚੂੰਕਿ ਮੈਂ ਅੱਲਾਹ ਦਾ ਬੰਦਾ ਔਰ ਅਲੀ ਇਬਨ ਅਬੀ ਤਾਲਿਬ ਬਾਦਸ਼ਾਹ ਤੋਂ ਲੈ ਕੇ ਹਾਦੀ ਮਾਦੀ ਆਖਰ ਜ਼ਮਾਨ ਬਾਦਸ਼ਾਹ ਦੇ ਮੰਨਣ ਵਾਲਾ। ਸਲਵਾਤ ਪੜੋ ਪਾਕਾਂ ਦੀ ਜ਼ਾਤ ਤੇ, ਅੱਲਾਹੁਮਾ ਸੱਲਿ ਅਲਾ ਅਲਾ। ਸਲਵਾਤ ਡੇਲੀ ਪੇ ਪੜਦੇ ਹੋ, ਜੇ ਤਾਈ ਮੈਂ ਛੋੜਨਾ ਨਹੀਂ, ਪਿਛਲੇ ਆਵਣਾ ਕੋਈ ਨਹੀਂ, ਤੋ ਸਲਵਾਤ ਬੁਲੰਦ ਆਵਾਜ਼ ਨਾਲ ਪੜੋ, ਅੱਲਾਹੁਮਾ ਸੱਲਿ ਅਲਾ ਮੁਹੰਮਦ। أعوذ بالله من الشيطان الرجيم، بسم الله الرحمن الرحيم، الرحمن علم القرآن، خلق الإنسان علمه البيان، ਸੁਬਹਾਨ ਅੱਲਾ ਆਖਣ ਨਾਲ 10 ਨੇਕੀਆਂ ਦਾ ਸਵਾਬ ਮਿਲਦਾ ਹੈ। ਹਾਫਿਜ਼ ਦੀ ਹੌਸਲਾ ਅਫਜ਼ਾਈ ਕਰੋ ਅਤੇ ਹਰ ਲਫ਼ਜ਼ ਨਾਲ 10 ਨੇਕੀਆਂ ਹੀ ਲੈਂਦੇ ਵੰਜੋ। الشمس والقمر بحسبان والنجم والشجر يسجدان، والسماء رفعها ووضع الميزان وقيم الوزن بالقسط ولا تبصر والأرض ورواها للأنام
الكلام في آفاقها في آفاقها والنخل ذات الأقمام والحب ذو الأصف والريان فبيجي على عرب بكما تكذبان بسم الله الرحمن الرحيم والشمس والوها والقمر إذا طلعها والنهار إذا جلعها خلق الإنسان من صلصال كالفخار وخلق الجنة من مرج من نار قرآن ذي عظمة صلوات اللهم صل رب المشرعيك عيني ورب المغرب عيني دي اي بابا کوئی دروازے تے حق لا کلا دیندا اے مرما بی بی خاتون جنت دے سلسلے دی مجلس پا کے میں مسے پڑھنا نہیں میں تو اس بی بی دا نا چاونا اے ओ सजदा ओ जड़ी छे साल दी उम्र आई रात अठे भाई सितारे छुपे आए अंधारी रात आई अली बादशाह जान दिया ध्यान हसन हुसैन जी जनारे तले कौने आखरी लवल हो ले वरद या उखती ज़ैनब बस दे रहो यार ਬਾਬਾ ਸਾਡੀ ਭੈਣ ਜ਼ੈਨਬੇ ਆਦਿਆਂ ਮਾਂ ਦਾ ਜਨਾਲਾ ਇੱਥਾ ਹੀ ਰੱਖੋ ਪਹਿਲੇ ਭੈਣ ਨੂੰ ਘਰ ਛੋੜੋ ਹੌਲੇ ਲੈ ਆਦਿਆਂ ਬਾਬਾ ਰਾਤ ਅੰਧਾਰੀ ਹੈ ਸਿਤਾਰੇ ਛੁੱਪੇ ਹੋਏ ਅਲੀ ਬਾਦਸ਼ਾਹ ਬਾਂਦਾ ਬਾਂਦਾ ਜ਼ਮੀਨ ਤੇ ਬਹਿ ਗਿਆ ਦਈ ਹੈ ਤਮੜੀ ਜ਼ੈਨਬ ਆਖਰੀ ਲਫ਼ਜ਼ ਤਾਈਂ ਦੱਬਿਆ ਦਾ ਡਰੀ ਹੋਈ ਰੱਬ ਦੇ ਜੰਗਲਾਂ ਦੀ ਇਹੋ ਟਾਈਮ ਆਈ ਨਾ ਵਸਦੇ ਰਹੋ ਅੱਲਾ ਅਜਮੀਨ ਅਜਮਨ ਦੇ ਸ਼ਰਈ ਹਾਜਾਤ ਪੂਰੇ ਕਰੇ ਲੁੱਟੀ ਹੋਈ ਸ਼ਾਮ ਗਰੀਬਾਂ ਦੀ ਇਬਾਦਤ ਸਮੇਂ ਕੇ ਲੁੱਟੀ ਹੋਈ ਮੌਤ ਅੱਬਾਸ ਤੇ ਅਕਬਰ ਦੀ ਤੋਹੀਦ ਤਬਾਸ਼ਰ ਦੀ ਉਹ ਥਈ ਦਾਖਲ ਆਪਣੀ ਹਾਏ ਹਾਏ ਮਕਤਲ ਵਿੱਚ ਸੁਣ ਕੇ ਯਾਰਾਨ ਇਸ਼ਾ ਦੀ ਜਦਾ ਕੁਲ ਪੋਸ਼ਾਕ ਗੁਲਾਬੀ ਥੀ ਗਈ ਆਖੇ ਨਭ ਕੇ ਸੰਗ ਭਿਰਾ ਦੀ ਆਦਿ ਆਈ ਹੁਣ ਖੋ ਲਖੀਆਂ ਅਤੇ ਦੇਖ ਖਿਤਾਬਤ ਬਾਜ਼ਾਰ ਚ ਆਉਣ ਦੀ ਮਾਂ ਦੀ ਆਦਿ ਆਈ ਬਾਬਾ ਤੇਰਾ ਵਾਦਾ ਹੀ ਖੁਤਬਾ ਸੁਣਨ ਜ਼ਰੂਰ ਅਮਸਾ ਆ ਖੁਤਬਾ ਸੁਣ ਦੀ ਖੁਤਬਾ ਦੇਵਣ ਵਸਦੇ ਰਹੋ ਦੀ ਖੁਤਬਾ ਦੇਵਣ ਵਾਲੀ ਆਈ ਪੁੱਤਰ ਦੀਆਂ ਅੱਖੀ ਬੰਦ ਹਨ ਆਖਰੀ ਲਾਲ ਬਿਸਤਰ ਤੇ ਰੋਸੇ ਬਿਰਾ ਦਵੇ ਕਿਆ ਦੀਏ ਅੱਖ ਬੰਦ ਨਾ ਕਰ ਕੁਰਾਨ ਸੁਣਾ ਤੇ ਵਸਦੇ ਰਹੋ ਤੇ ਕਰਾਂ ਮੈਂ ਬਾਜ਼ਾਰ ਬੂਰੇ ਤੂੰ ਜਾਣਦਾ ਹੈ ਹੈਨ ਸਰ ਨੰਗੇ ਮੜੀ ਜ਼ਖਮੀ ਹਰ ਮਸ ਤੂਰੇ ਤੇ ਬਿਮਾਰ ਮਲਾ ਖੜਾ ਰਾਤ ਰੋਂਦੀ ਉਹਦੇ ਨਾਲ ਯਤੀਮੀ ਪੂਰੇ ਕਈ ਲੱਖ ਬੇ
غیرت تڑی بھین وڈی اکھی کھول تو کس دار رہی ہے میں ڈے دھی رہی ہے تیرے تیرے